ਮੰਦਰ ਦਾ ਮਾਹੌਲ ਆ ਉਹ ਸਾਹਮਣੇ ਹੈਗੀ ਚੌਂਕੀ ਪੁਲਿਸ ਵਾਲੀ ਜਿੱਥੇ ਆਪਾਂ ਨੂੰ ਪਰਮਿਸ਼ਨ ਮਿਲ ਗਈ ਸੀ ਰੁਕਣ ਦੀ ਅਤੇ ਆਹ ਸ਼ੋਪ ਸੀਗੀਆਂ ਨੇ ਕੁਝ ਆਹ ਇਲਾਕਾ ਹੈਗਾ ਥੋੜ੍ਹਾ ਬਹੁਤ ਆਹ ਮਾਹੌਲ ਆਹ ਮੰਦਰ ਦਾ ਐਂਟਰੀ ਗੇਟ ਬਹੁਤ ਪੁਰਾਣਾ ਮੰਦਰ ਆ 400 ਸਾਲ ਕਹਿੰਦੇ ਨੇ ਪੁਰਾਣਾ ਐਗਜੈਕਟ ਜ਼ਿਆਦਾ ਆਈਡੀਆ ਕਿਸੇ ਨੂੰ ਵੀ ਨਹੀਂ ਹੈਗਾ ਵੈਲਕਮ ਬੈਕ ਟੂ ਦਾ ਚੈਨਲ ਵੀਰੋ ਸਵਾਗਤ ਹੈ ਆਪ ਸਭ ਕਾ ਆਪਣੀ ਇਸ ਇੱਕ ਔਰ ਨਈ ਵੀਡੀਓ ਮੇ ਤੋ ਆਜ ਆਪਾਂ ਮਲਿਕ ਅਰਜੁਨ ਮੇ ਦੋ ਦਿਨ ਰੁਕੇ ਥੇ ਜੋ ਆਪਣਾ ਮੰਦਿਰ ਹੈ ਸ਼ਿਲਾ ਸ਼ਿਖਰ ਮੰਦਿਰ ਮਲਿਕ ਅਰਜੁਨ ਸ਼ੰਕਰਾਪੁਰ ਨੇਪਾਲ ਮੇ ਹੈ ਆਪਾਂ ਔਰ ਇਹ ਨੇਪਾਲ ਕੀ ਸੜਕ ਪਿੱਛੇ ਆਪਕੋ ਗਾਓਂ ਦਿਖ ਜਾਏਗਾ ਦੋ ਦਿਨ ਯਹਾਂ ਸੇ ਰੁਕੇ ਥੇ ਔਰ ਆਜ ਨਿਕਲਨੇ ਵਾਲੇ ਗੋਕਲਾ ਕੀ ਤਰਫ ਅੱਜ ਨੇਪਾਲ ਮੇ ਆਪਾਂ ਅੰਦਰ ਕੋ ਜਾਏਂਗੇ ਯਹਾਂ ਸੇ ਜੋ ਧਾਰਚੁਲਾ ਬਾਰਡਰ ਹੈ ਵੋ 50 ਕਿਲੋਮੀਟਰ ਹੈ 50 ਕਿਲੋਮੀਟਰ ਆਪਾਂ ਕਵਰ ਕਰਕੇ ਆਏ ਥੇ ਦੋ ਦਿਨ ਯਹਾਂ ਪਰ ਰੁਕ ਗਏ ਕੁਛ ਯਹਾਂ ਕੇ ਦੋਸਤ ਵੀ ਬਣ ਗਏ ਆਪਣੇ ਨਏ ਆਪਣੇ ਮਲਿਕ ਅਰਜੁਨ ਮਲਿਕ ਜੋ ਪਾਰਵਤੀ ਨੇ ਰੂਪ ਧਾਰਨ ਕੀਆ ਥਾ ਔਰ ਅਰਜੁਨ ਜੋ ਸ਼ਿਵ ਸ਼ੰਕਰ ਨੇ ਰੂਪ ਧਾਰਨ ਕੀਆ ਥਾ ਉਸੀ ਕੇ ਨਾਮ ਪੇ ਯੇ ਗਾਓਂ ਕਾ ਨਾਮ ਪੜਾ ਹੈ ਔਰ ਉੱਪਰ ਇੱਕ ਛੋਟਾ ਸਾ ਵੋ ਪੜ ਜਾਤਾ ਹੈ ਜੈਸੇ ਆਪਣੇ ਵੋ ਹੋਤਾ ਹੈ ਨਾ 5-6 ਦੁਕਾਨੋਂ ਵਾਲਾ ਜੋ ਅੱਡਾ ਹੋਤਾ ਹੈ ਵੈਸਾ ਮਾਹੌਲ ਹੈ ਬਾਕੀ ਯੇ ਹੈ ਸੜਕ ਆਪ ਆਗੇ ਯੇ ਜੋ ਗੇਟ ਹੈ ਨਾ ਜਿਸਸੇ ਮਤਲਬ ਮਲਿਕ ਅਰਜੁਨ ਮੇਂ ਆਪ ਐਂਟਰ ਕਰਤੇ ਹੋ ਤੋ ਯਹਾਂ ਸੇ ਆਪਾਂ ਨੇ ਲਿਫਟ ਲੈਣੀ ਸਟਾਰਟ ਕਰਨੀ ਹੈ ਯਹਾਂ ਤੱਕ ਤੋ ਜੀਓ ਕਾ ਨੈਟਵਰਕ ਆ ਰਿਹਾ ਹੈ ਇਸਕੇ ਆਗੇ ਕਾ ਪਤਾ ਨਹੀਂ ਕਿਆ ਹੋਗਾ ਬਾਕੀ ਗਜ਼ਬ ਮਾਹੌਲ ਹੈ ਵਾਦੀਆਂ ਅਤੇ ਮਸਤ 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 ਨੇਪਾਲ ਲੋਕ ਬਹੁਤ ਅੱਛੇ ਨੇਪਾਲ ਕੇ ਸਭ ਸੇ ਬੜੀ ਬਾਤ ਤੋ ਲੋਕੋ ਕੀ ਹੋਤੀ ਹੈ ਮਲਿਕ ਅਰਜੁਨ ਕੀ ਮਾਰਕੀਟ ਯਹਾਂ ਕੇ ਬਸ਼ਿੰਦੇ ਔਰ ਯੇ ਹੈ ਰੂਟ ਜਹਾਂ ਪੇ ਆਪਾਂ ਨੇ ਬਾਏ ਲਿਫਟ ਟਰੈਵਲ ਕਰਨਾ ਹੈ ਆਜ ਯੇ ਪੜਾ ਹੈ ਬੰਦ ਯਹਾਂ ਪੇ ਬੈਠਤੇ ਕੁਛ ਦੇਰ ਮਾਹੌਲ ਅੱਛਾ ਹੈ ਰੂਟ ਜੋ ਗੋਕਲੇਸ਼ਵਰ ਕੋ ਜਾਏਗਾ ਇਸ ਰੂਟ ਪੇ ਆਪਾਂ ਨੇ ਅੱਜ ਬਾਏ ਲਿਫਟ ਟਰੈਵਲ ਕਰਨਾ ਹੈ ਔਰ ਹੈ 25 ਕਿਲੋਮੀਟਰ ਸੇ ਉੱਪਰ ਹੈ ਭਾਜੀ ਬੋਲ ਰਹੇ ਥੇ ਔਰ ਆਪਾਂ ਨੇ ਬਾਏ ਲਿਫਟ ਟਰੈਵਲ ਕਰਨਾ ਹੈ ਤੋ ਯਹਾਂ ਪੇ ਵਹੀਕਲ ਬਹੁਤ ਕਮ ਹੈ ਵੈਸਾ ਕੁਛ ਬਾਹਰ ਰਹਿਣ ਵਾਲਾ ਔਰ ਗਰਮੀ ਬਹੁਤ ਜ਼ਿਆਦਾ ਗਰਮੀ ਤੋ ਕਿਆ ਧੂਪ ਬਹੁਤ ਜ਼ਿਆਦਾ ਗਰਮੀ ਉਤਨੀ ਨਹੀਂ ਹੈ ਉਹ ਧੂਪ ਮੈਂ ਖੇਲ ਰਿਹਾ ਪਤੰਦਰ ਮਾਹੌਲ ਮਸਤ ਹੈ ਲਾਈ ਲਿਫਟ ਮਿਲੇਗੀ ਤੋ ਅੱਗੇ ਜਾਏਂਗੇ ਜੈਸੇ ਧੀਰੇ ਧੀਰੇ ਜਾਏਂਗੇ ਆਹ ਰੋਡ ਜਿੱਥੇ ਅੱਜ ਆਪਾਂ ਹਿੱਚ ਹੈਕਿੰਗ ਕਰਨੀ ਆ ਬਾਏ ਲਿਫਟ ਟਰੈਵਲ ਹੈ ਗੋਕਲੇਸ਼ਵਰ ਨੂੰ ਜਾਣਾ ਅਤੇ ਆਹ ਮਲਿਕ ਅਰਜੁਨ ਦਾ ਉਹ ਗੇਟ ਆ ਜਿੱਥੋਂ ਮਲਿਕ ਅਰਜੁਨ ਨੂੰ ਅੰਦਰ ਨੂੰ ਮੰਦਰ ਵਾਲੇ ਪਾਸੇ ਰਸਤਾ ਚਲਾ ਜਾਂਦਾ ਅਤੇ ਆਹ ਮਾਹੌਲ ਦੇਖੋ ਗਜ਼ਬ ਮਾਹੌਲ ਆ ਵਾਦੀਆਂ ਚੀੜ ਦੇ ਪੇੜ ਧੁੱਪ ਪੂਰੀ ਕਹਿਰ ਦੇ ਗਈ ਆ ਧੁੱਪ ਨੇ ਪੂਰਾ ਸਾਹ ਕੱਢਿਆ ਹੋਇਆ ਯਹੀ ਹੈ ਰੂਟ ਜੋ ਆਪਾਂ ਕੋ ਆਗੇ ਨੇਪਾਲ ਕੇ ਅੰਦਰ ਲੈ ਕੇ ਜਾਏਗਾ ਧਾਰਚੁਲਾ ਸੈਂਟਰ ਹੋਏ ਯਹਾਂ ਸੇ ਧਾਰਚੁਲਾ 50 ਕਿਲੋਮੀਟਰ ਹੈ ਠੀਕ ਹੈ ਤੋ ਯੇ ਜੋ ਰੋਡ ਹੈ ਨਾ ਯੇ ਜਾਏਗਾ ਕਾਠਮੰਡੂ ਮਹਿੰਦਰ ਨਗਰ ਦਨਖੜੀ ਜੋ ਵੀ ਬੜੇ ਬੜੇ ਸ਼ਹਿਰ ਹੈ ਨਾ ਨੇਪਾਲ ਕੇ ਔਰ ਵਹਾਂ ਸੇ ਇੰਡੀਆ ਕੋ ਵੀ ਅੰਦਰ ਕੋ ਨਿਕਲ ਜਾਏ ਕਰੇਗਾ ਯੇ ਜੋ ਬਿਹਾਰ ਕਾ ਬਾਰਡਰ ਲੱਗ ਜਾਤਾ ਹੈ ਨਾ ਆਪਣੇ ਯੂਪੀ ਬਿਹਾਰ ਕਾ ਬਾਰਡਰ ਲੱਗ ਗਿਆ ਨੇਪਾਲ ਕੇ ਸਾਥ ਵੋ ਵਾਲੇ ਰੋਡ ਯੇ ਯਹਾਂ ਸੇ ਜਾਏਂਗੇ ਠੀਕ ਹੈ ਤੋ ਗਜ਼ਬ ਇਲਾਕਾ ਹੈ ਅੱਜ ਫਿਰ ਲੋਕ ਬਹੁਤ ਕਮ ਹੈ ਔਰ ਮੇਰੀ ਜੋ ਪਰਛਾਈ ਹੈ ਨਾ ਮੇਰੇ ਫੇਸ ਪੇ ਪੜ ਰਹੀ ਹੈ ਇਸ ਲਈ ਮੈਂ ਆਪਕੋ ਥੋੜ੍ਹਾ ਬਲੈਕ ਲੱਗ ਰਹਾ ਹੂੰਗਾ ਔਰ ਇਸ ਲਈ ਯਹਾਂ ਪੇ ਆਪਾਂ ਕਰੇਂਗੇ ਚੌਤਲੀ ਚੋਰ ਨਾਮ ਕਾ ਬੋਰਡ ਲਿਖਾ ਹੋਇਆ ਨੇਪਾਲ ਮੇਂ ਦੇਖ ਲੈਣਾ ਆਪ ਸਰਚ ਕਰਕੇ ਕਹਾਂ ਪੇ ਮੈਂ ਥਾ ਜਹਾਂ ਪੇ ਯੇ ਵੀਡੀਓ ਬਣਾ ਰਹਾ ਥਾ ਯਹਾਂ ਪੇ ਕੁਛ ਟਾਈਮ ਰੈਸਟ ਕਰੇਂਗੇ ਰੈਸਟ ਤੋ ਕਿਆ ਅਭੀ ਤੋ ਨਿਕਲੇ ਹੀ ਹੈ ਪਰ ਮੇਨ ਬਾਤ ਇਹ ਹੈ ਕਿ ਅਗਰ ਜ਼ਿਆਦਾ ਚਲੇਂਗੇ ਤੋ ਥੱਕ ਜਾਏਂਗੇ ਇਸ ਲਈ ਬਿਨਾਂ ਲਿਫਟ ਕੇ ਚੱਲ ਨਹੀਂ ਸਕਦੇ ਲਿਫਟ ਲੈਣੀ ਪੜੇਗੀ ਲੰਬਾ ਜਾਣਾ ਹੈ ਗੋਕਲੇਸ਼ਵਰ ਜਾਣਾ ਹੈ ਗੋਕਲੇਸ਼ਵਰ ਹੈ ਯਹਾਂ ਸੇ 25 ਕਿਲੋਮੀਟਰ ਕੇ ਉੱਪਰ ਹੋਗਾ ਤੋ ਆਧੇ ਘੰਟੇ ਸੇ ਜ਼ਿਆਦਾ ਟਾਈਮ ਲੱਗ ਜਾਏਗਾ ਬਾਕੀ ਯੇ ਰੂਟ ਹੈ ਯਹਾਂ ਪੇ ਗਜ਼ਬ ਹੈ ਯਾਰ ਬਿਲਕੁਲ ਸਾਹਮਣੇ ਵਾਦੀਆਂ ਪਹਾੜ ਯੇ ਰੋਡ ਯੇ ਵੋ ਚੌਤਲੀ ਚੋਰ ਲਿਖਾ ਹੋਗਾ ਯੇ ਇਲਾਕਾ ਹੈ ਔਰ ਚੀੜ ਕੇ ਪੇੜ ਵੋ ਸਾਹਮਣੇ ਜੋ ਹੈ ਨਾ ਘਰ ਉਹ ਵਹਾਂ ਸੇ ਇੱਕ ਰਸਤਾ ਹੈ ਜੋ ਜਾਤਾ ਹੈ ਮਲਿਕ ਅਰਜੁਨ ਨਾਮ ਕਾ ਜੋ ਯਹਾਂ ਪੇ ਜਗ੍ਹਾ ਹੈ ਔਰ ਇਸਕੇ ਉੱਪਰ ਜਾ ਕੇ ਨਾ ਵੋ ਹੈ ਚੋਟੀ ਸ਼ਿਖਰ ਸ਼ੈਲਿਆ ਸ਼ਿਖਰ ਜਹਾਂ ਪੇ ਆਪਣੇ ਸ਼ਿਵ ਸ਼ੰਕਰ ਭੋਲੇਨਾਥ ਨੇ ਤਪ ਕੀਆ ਥਾ ਨਾ ਜਬ ਉਨਕੀ ਸਮਾਧੀ ਭੰਗ ਹੋ ਗਈ ਥੀ ਯਹਾਂ ਪੇ ਤਪ ਕਰਨੇ ਆਏ ਥੇ ਨਮਸਤੇ ਅੰਕਲ ਬੜੀਆ ਯਹੀਂ ਪਰ ਰਹਤੇ ਹੋ ਆਪ ਬਕਰਾ ਸਮਝ ਬਣਿਆ ਅੱਛਾ ਬਕਰੇ ਆਪ ਹੈ ਨਾ ਆਪਕੇ ਬਕਰੇ ਠੀਕ ਹੈ ਇਹ ਸ਼ਿਲਾ ਸ਼ਿਖਰ ਉੱਪਰ ਹੀ ਰਹਤੇ ਹੋ ਆਪ ਹੈ ਓਕੇ ਚੌਤਲੀ ਚੋਰ ਡੇਢ ਘੰਟੇ ਬਾਅਦ ਕੋਈ ਵਹੀਕਲ ਆਇਆ ਔਰ ਯੇ ਵੀ ਯੇ ਟੈਕਸੀ ਯਹੀ ਚੱਲ ਰਹੀ ਥੀ ਡੇਢ ਘੰਟਾ ਹੋ ਗਿਆ ਯਹਾਂ ਪੇ ਵੇਟ ਕਰਤੇ ਹੋਏ ਬਾਕੀ ਯੇ ਨੀਚੇ ਹੈ ਮਾਹੌਲ ਖੇਤੀ
नेपाल की खेती हो भाजी, पता नहीं अपने बच्चे नहीं बकरी को पीट रहे वहाँ से आके यहाँ पे आए, और वो आ रहा है ट्रक। हे भगवान, एक चांस तो मिल गया, ट्रक आ रहा है, पहला ट्रक आ रहा है, चल के सामान उठाते हैं। डेढ़ घंटे के बाद एक ट्रक आ रहा है, उसमें ट्राई करते हैं, लिफ्ट मिल गई तो बेटर है, नहीं तो वापस वहीं पर बैठ जाएंगे। बीच में नींद आने लग गई थी ये चौतली चोर, चौतली चोर का बोर्ड है, इस जगह का नाम है चौतली चोर के क्या है। बहुत हैवी सामान है यार, इतना वेट। चौतली चोर, यू कैन सर्च ऑन गूगल ऑन मैप वेयर इज चौतली चोर इन नेपाल। ये मल्लिकार्जुन पीछे पड़ गया, शंकरापुरा धारचूला, ओके इधर गोकलेश्वर पड़ जाएगा सामने बिल्कुल, और काठमांडू भी इधर ही पड़ेगा। डेढ़ घंटे के बाद ट्रक के आने की आवाज़, आजी पाजे। गया यार, ओहो एक ट्रक आया था वो भी गया। फीलिंग बैड यार, ट्रक आया और गुजर गया, अपन को यहीं पे छोड़ के चला गया। डेढ़ घंटे का अब टाइम हो गया था, अब पता नहीं कितना टाइम लगेगा ट्रक को आने में। थोड़ा शायद में चलते हैं वापस से सामान उठा के। ओहो इतना हैवी वेट जिम लगा रहा हूँ ऐसा लग रहा है। ओहो ढाई बजे का टाइम हो गया और आपा है वहीं के वहीं, एक भी लिफ्ट नहीं मिली, लिफ्ट आई नहीं ज़्यादा। मेरे को तो नींद आ गई थी यार, सो गया था थोड़ी देर और कुछ नहीं गुजरा तब तक। ढाई बजे का टाइम, कब से निकले हुए और यहीं पे बैठे हुए बाकी यहाँ पे धुंध वुंध है, ये धुंध नहीं है, ये पे ना पहाड़ों में आग लगा देते हैं ताकि जो नई घास हो ना अच्छी वाली घास हो, उनको लगता है ये सही घास नहीं है, दोबारा होगी अच्छी घास होगी। ओहो कसूता रोड है यार, सच में लिटरली कसूता रोड है, इतना कसूता रोड है ना, इतना तो अपना वो नहीं था राजस्थान वाला, वो भी था वहाँ पे अचानक ही मिल गई थी लिफ्ट, पर ये भी बहुत कसूता रोड है यार। ओह आगे बहुत पुरानी बात है। अच्छा चंडीगढ़ वगैरह तो नहीं गए? चंडीगढ़ में 26 में बहुत जिंदगी वही कटी। अच्छा मेरे को अभी 8 साल हो गए ना चंडीगढ़ पढ़ता हूँ वहाँ पे मैं। कितने सेक्टर में? 14 सेक्टर नहीं है, पंजाब यूनिवर्सिटी पीजीआई के बिल्कुल सामने। पीजीआई के नाम? हाँ बिल्कुल सामने। पाजी बाल कटवाने? काट दोगे? देख लो ये बाल ऐसे हैं ना, मेरे को बालों से ज्यादा प्यार है। चलो मस्त काटियो इधर यहाँ पे। नाम क्या आपका? नाम पारस है। पारस हाँ। मैं पता कहाँ से हूँ? पंजाब से। इंडिया से? नहीं नहीं, अरे मैं इंडिया से हूँ पारस पाजी बहुत प्यार है मेरे को बालों से, तो मैं आपको थोड़ा थोड़ा बता दूंगा, आइडिया बाकी आपका है। ठीक है क्या बाहरले देश में किसी ने? ये पारस पाजी की मेहरबानी है कि अपन नए रंग में आ गया वापस पुराने शुक्रिया पाजी। ये लग गया आज का अपना टेंट, ये है अस्पताल, हॉस्पिटल में टेंट लगाया है। थोड़ा सा मार्केट जाते हैं, कुछ सामान वान लेना है, और आज की रात यहीं पर रुकेंगे, आज का दिन का जुगाड़ हो गया। बहुत अच्छे लोग हैं यार,
यहाँ से बहुत सारे लोग हैं जो इंडिया में जाके काम कर रहे हैं, इंडिया में और इंडिया के अलग अलग हिस्सों में, पंजाब में बहुत सारे। एक मेरे को अंकल जो आपने देखा होगा, वो पंजाब में अपने अबोहर में काम करके आए थे इतना टाइम, उनको